ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਐਸ ਯੂਜੂਅਲ ਐਵਰੀ ਮੰਡੇ ਖਰੀਆਂ ਖਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਲੈ ਕੇ ਹਾਜ਼ਰ ਨੇ ਸਾਡੀ ਟੀਮ ਦ ਨਿਊਜ਼ ਕਿੰਗ ਹਿਮਸੈਲਫ ਸਰਦਾਰ ਸਤਪਾਲ ਸਿੰਘ ਜੌਹਲ ਐਂਡ ਜੌਹਲ ਸਾਹਿਬ ਦਾ ਸਵਾਗਤ ਕਰਦੇ ਹਾਂ। ਜੌਹਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਪਟੈਂਬਰ ਮਹੀਨੇ ਦੀ 13 ਤਰੀਕ ਤੇ ਟਾਈਮ ਦਾ ਪਤਾ ਨਹੀਂ ਚੱਲਦਾ ਜੌਹਲ ਸਾਹਿਬ, ਵੀ ਆਰ ਹਾਫ ਵੇ ਇਨ ਟੂ ਸਪਟੈਂਬਰ ਐਂਡ ਕੁਛ ਮਹੀਨੇ ਰਹਿ ਗਏ ਨੇ ਨਵੇਂ ਸਾਲ ਨੂੰ ਸਵਾਗਤ ਕਰਨ ਲਈ। ਦੂਸਰੇ ਪਾਸੇ ਦੇਖੋ ਜੀ ਭਈ 256ਵਾਂ ਦਿਨ ਹੈ ਅੱਜ ਇਸ ਸਾਲ 2021 ਦਾ ਜੀ। ਸੋ ਕਰਦਿਆਂ ਕਰਾਉਂਦਿਆਂ ਦੇਖੋ ਨਾ ਭਈ ਨਵਾਂ ਸਾਲ ਜਦੋਂ ਨੇੜੇ ਆਉਣ ਲੱਗਦਾ ਹੈ ਉਦੋਂ ਵਧਾਈਆਂ ਲੈਣ ਤੇ ਦੇਣ ਦਾ ਸਿਲਸਿਲਾ ਸ਼ੁਰੂ ਬੜਾ ਤੇਜ਼ ਹੁੰਦਾ ਹਨਾ, ਹੈਪੀ ਤੇ ਹੋਰ ਪਤਾ ਨਹੀਂ ਮਾਰਕ ਦੇ ਉਹ, ਲੇਕਿਨ ਕਿ ਇੱਕ ਜਸਟ ਰਸਮ ਬਣ ਕੇ ਰਹਿ ਗਈ ਲੱਗਦੀ ਆ। ਫਿਰ ਆਪਾਂ ਗੱਲ ਕਰਦੇ ਹਾਂ ਜੀ ਵੀ ਨਵੇਂ ਸਾਲ ਦੇ ਵਿੱਚ ਜੇ ਕੋਈ ਨਵੀਂ ਗੱਲ ਹੀ ਨਹੀਂ ਹੋਈ ਤੇ ਫਿਰ ਨਵਾਂ ਸਾਲ ਕਾਹਦਾ ਹੋਇਆ। ਬਹੁਤ ਸਾਰੀਆਂ ਜ਼ਿੰਦਗੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਧਰਤੀ ਤੇ ਭਈ ਨਵਾਂ ਸਾਲ ਸ਼ੁਰੂ ਹੋਣ ਤੋਂ ਬਾਅਦ ਥੋੜੇ ਦਿਨਾਂ ਤੋਂ ਬਾਅਦ ਹੀ ਉਹ ਪੁਰਾਣੇ ਵਾਂਗ ਬੀਤਣਾ ਸ਼ੁਰੂ ਹੋ ਜਾਂਦਾ ਤੇ ਨਵੀਂ ਕੋਈ ਗੱਲ ਨਹੀਂ ਹੋਈ ਹੁੰਦੀ, ਬਟ ਫਿਰ ਵੀ ਜਿਹੜਾ ਹੈਪੀ ਨਿਊ ਈਅਰ ਆ ਉਹ ਇੱਕ ਰਸਮ ਵਜੋਂ ਬਰਕਰਾਰ ਆ ਜੀ। ਇਸ ਕਰਕੇ ਇਹ ਕਹਿ ਲਓ ਵੀ ਦਿਨਾਂ ਦਾ, ਹਫ਼ਤਿਆਂ ਦਾ, ਮਹੀਨਿਆਂ ਦਾ, ਸਾਲਾਂ ਦਾ, ਜ਼ਿੰਦਗੀ ਦੇ ਵਿੱਚ ਇਹ ਸਫ਼ਰ ਜਾਰੀ ਆ। ਆਪਾਂ ਥੋੜਾ ਬਹੁਤਾ ਵੀ ਕਿੰਨੇ ਬੀਤ ਗਏ ਨੇ ਤੇ ਕਿੰਨੇ ਕੁ ਬਾਕੀ ਨੇ ਇਹ ਯਾਦ ਇਸ ਕਰਕੇ ਕਰਾਉਂਦੇ ਹੁੰਦੇ ਹਾਂ ਵੀ ਜੇ ਨਵੇਂ ਸਾਲ 'ਚ ਕੁਝ ਨਵਾਂ ਕਰਨਾ ਸੋਚਿਆ ਸੀ ਤੇ ਅਜੇ ਉਹ ਨਹੀਂ ਕਰ ਸਕੇ ਤੇ ਫਿਰ ਇੰਨਾ ਕੁ ਸਮਾਂ ਹੋਰ ਬਾਕੀ ਆ ਤੇ ਉਪਰਾਲਾ ਕੀਤਾ ਜਾ ਸਕਦਾ ਜੀ। 905-800-1313-1320 905-813-1320 ਨਵੀਆਂ ਗੱਲਾਂ ਤੁਸੀਂ ਗੱਲ ਕੀਤੀ ਹੈ ਜੀ, ਜਿੱਥੇ ਟੂਡੋ ਸਾਹਿਬ ਬਹੁਤ ਵਧੀਆ ਉਹਨਾਂ ਨੇ ਜਾਂ ਜਗਮੀਤ ਸਿੰਘ ਜੀ ਨੇ ਉਹਨਾਂ ਨੇ $2,000 ਝੋਲੀਆਂ 'ਚ ਪਾਏ ਲੋਕਾਂ ਦੇ, ਉੱਥੇ ਥੋੜ੍ਹੇ ਜਿਹੇ ਅੱਜ ਲੋਕ ਥੋੜ੍ਹੇ ਜਿਹੇ ਆਲਸ ਹੋ ਗਏ ਨੇ ਕਿ ਹਾਂ ਵੀ ਹਾਲੇ ਤਾਂ ਪੈਸੇ ਮਿਲ ਰਹੇ ਆ, ਅਸੀਂ ਆਰਾਮ ਨਾਲ ਬੈਠੇ ਰਹੀਏ। ਪਰੰਤੂ ਉੱਥੇ ਐਮਾਜ਼ੋਨ ਇਹ ਕਹਿ ਰਿਹਾ ਕਿ ਨੋ, ਅਸੀਂ ਤੁਹਾਨੂੰ ਟਨਸ ਐਂਡ ਟਨਸ ਟਨਸ ਆਫ ਵਰਕ ਦੇਵਾਂਗੇ ਤੇ ਐਮਾਜ਼ੋਨ ਕਾਫੀ ਵੱਡੀ ਤਾਦਾਦ ਦੇ ਵਿੱਚ ਹਾਇਰਿੰਗ ਸ਼ੁਰੂ ਕਰ ਰਿਹਾ। ਔਰ ਦੂਸਰੇ ਪਾਸੇ ਮੈਂ ਇਹ ਸਮਝਾਂਗਾ ਜੀ ਜੀ ਵੈਰੀਫਾਈਡ ਤੇ ਕਰੈਕਟ ਇਨਫੋਰਮੇਸ਼ਨ ਆ ਜਿਹੜੀ ਜੀ ਆਪਣੇ ਸਰੋਤਿਆਂ ਦਰਸ਼ਕਾਂ ਪਾਠਕਾਂ ਤੱਕ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਹੁੰਦਾ ਜੀ। ਸੋ ਕਿਤੇ ਕਿਤੇ ਜਿਹੜੀ ਇਹ ਗੱਲ ਸੁਣਨ ਨੂੰ ਮਿਲਦੀ ਆ ਵੀ ਇਲੈਕਸ਼ਨ ਕੰਪੇਨ ਦੇ ਵਿੱਚ ਲਿਬਰਲ ਪਾਰਟੀ ਨੇ ਜਾਂ ਜਸਟਿਨ ਟਰੂਡੋ ਹੁਣਾਂ ਨੇ, ਉਹਨਾਂ ਦੀ ਗਵਰਨਮੈਂਟ ਨੇ ਇਹ ਸੀਨੀਅਰਸ ਨੂੰ $500 ਜਿਹੜਾ ਅਗਲੇ ਸਾਲ ਤੱਕ ਦੇਣਾ ਆ, ਇਹ ਇਨਕਰੈਕਟ ਇਨਫੋਰਮੇਸ਼ਨ। ਓਕੇ, ਸੋ 500 ਉਹਨਾਂ ਨੇ ਦੇ ਦਿੱਤਾ ਸੀਗਾ ਪਿਛਲੇ ਸਾਲ ਸੀਨੀਅਰ ਨੂੰ, ਪੁੱਛਣਾ ਫੋਨ ਕਰਕੇ ਉਹ ਕਦੋਂ ਆ ਰਹੇ ਜੀ 500, ਤੇ ਅਸੀਂ ਕਿਹਾ ਜੀ ਤੁਹਾਡੇ ਅਕਾਊਂਟ ਚ ਆ ਜਾਣੇ, ਤੁਸੀਂ ਬਸ ਚਿੰਤਾ ਨਾ ਕਰੋ। ਜਦੋਂ ਉਹਨਾਂ ਨੇ ਅਨਾਊਂਸ ਕਰ ਦਿੱਤੇ ਕੈਨੇਡਾ ਆ ਤੇ ਅਕਾਊਂਟ ਦੇ ਵਿੱਚ ਆਣੇ ਹੀ ਆਣੇ ਉਹ ਆ ਗਏ ਸੀਗੇ। ਹੁਣ ਇਹ ਜੀ ਅਗਲੀ ਅਨਾਊਂਸਮੈਂਟ 500 ਦੀ ਨਹੀਂ ਆ, ਅਗਲੀ ਅਨਾਊਂਸਮੈਂਟ 10% ਇਨਕਰੀਜ਼ ਦੀ ਆ ਹਨਾ। ਉਹ ਜਿਹੜੀ 10% ਇਨਕਰੀਜ਼ ਆ ਉਹ ਲਾਗੂ ਵੀ ਅਗਲੇ ਸਾਲ ਦੇ ਵਿੱਚ ਜਾ ਕੇ ਜੁਲਾਈ ਦੇ ਵਿੱਚ ਹੋਣੀ ਆ। ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲਬਾਤ ਕਿਸੇ ਮੀਡੀਆ ਦੇ ਵਿੱਚ ਹੋਵੇ, ਮੈਂ ਦੇਖ ਰਿਹਾ ਵੀ ਬਹੁਤ ਸਾਰਾ ਅੱਜ ਵੀ ਆਪਾਂ ਆਪਣੇ ਤਰੀਕੇ ਦੇ ਨਾਲ ਲੋਕ ਗੱਲ ਕਰਦੇ ਕਈ ਵਾਰੀ ਜੀ, ਪਰ ਗੱਲ ਕੀਤੀ ਦਾ ਅਸਰ ਹਾਂਜੀ ਬਹੁਤ ਦੂਰ ਤੱਕ ਕਈ ਵਾਰੀ ਜਾਂਦਾ, ਪਰ ਜੇ ਉਹ ਗਲਤ ਹੋਵੇ ਤੇ ਫਿਰ ਲੋਕ ਮਿਸਗਾਈਡ ਹੋ ਜਾਂਦੇ ਆ। ਸੋ ਇਸ ਕਰਕੇ ਕੋਈ ਐਸੀ ਅਨਾਊਂਸਮੈਂਟ ਨਹੀਂ ਹੈਗੀ ਲਿਬਰਲ ਪਾਰਟੀ ਦੀ, ਜਸਟਿਨ ਟਰੂਡੋ ਦੀ ਸਰਕਾਰ ਦੀ, ਭਈ ਸੀਨੀਅਰ ਨੂੰ ਜਾਣੀ ਕਿ $500 ਦੇ ਕੇ ਅਸੀਂ ਵੋਟ ਬਾਈ ਕਰ ਰਹੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਦੂਸਰੇ ਪਾਸੇ ਅਸੀਂ ਤੇ ਬੇਨਤੀ ਇਹ ਕਰ ਰਹੇ ਹਾਂ ਵੀ 500 ਛੱਡ ਕੇ ਭਾਵੇਂ 5000 ਕੋਈ ਕਿਉਂ ਨਾ ਦੇ ਰਹੇ ਹੋਣ, ਪਰ ਆਪਾਂ ਉਜੜ ਕੇ ਬਹੁਤ ਦੂਰ ਚੱਲ ਕੇ ਆਏ ਹਾਂ ਵਸਣ ਵਾਸਤੇ, ਤੇ ਵਸਣਾ ਤਾਂ ਦਿਆ ਜੇ ਹੁਣ ਵੋਟ ਆਪਣੇ ਦਿਮਾਗ ਦੀ ਵਰਤੋਂ ਕਰਕੇ ਪਾਈ ਜਾਊਗੀ। ਖਰੀਦ ਵੇਚ ਦਾ ਇਹ ਸਿਲਸਿਲਾ ਅਸੀਂ ਬੰਦ ਕਰ ਦਿਆਂਗੇ, ਲਾਲਸਾਈ ਦੀ ਮਾਨਸਿਕਤਾ ਹਨਾ। ਜੇ ਬਜ਼ੁਰਗ ਹੋ ਕੇ ਵੀ ਮਤਲਬ ਅਸੀਂ ਆਪਣੇ ਮਾਨਸਿਕਤਾ ਦੇ ਵਿੱਚ ਇਸ ਤਰ੍ਹਾਂ ਦੀਆਂ ਤਾਂਘਾਂ ਰੱਖਣੀਆਂ ਵੀ ਹੋਰ ਮਾਇਆ ਤੇ ਹੋਰ ਮਾਇਆ, ਤੇ ਮਾਇਆ ਦਾ ਕੋਈ ਅੰਤ ਹੈ ਹੀ ਨਹੀਂ। 500 ਨਾ ਜੇ ਭੀ ਬਾਕੀ ਸਾਰੀ ਜਿੰਨੀ ਜ਼ਿੰਦਗੀ ਲੰਘ ਗਈ ਆ ਹੋਰ ਹਜ਼ਾਰਾਂ ਕਮਾਏ ਹੋਣਗੇ ਗਏ ਹੋਣਗੇ ਤੇ 500 ਨਾ ਹੋਰ ਕੀ ਬਣਨੇਗਾ। ਸੋ ਇਸ ਕਰਕੇ ਮੈਂ ਸਮਝਾਂਗਾ ਜੀ ਭੀ ਪਹਿਲੀ ਗੱਲ ਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ, ਦੂਸਰਾ ਜੇ ਹੋਵੇ ਵੀ ਤੇ ਕਿਸੇ ਵੀ ਸੀਨੀਅਰ ਨੂੰ ਸਾਡੇ ਵੱਡੇ ਨੇ ਬਜ਼ੁਰਗ ਨੇ ਅਸੀਂ ਪੈਰਾਂ ਨੂੰ ਹੱਥ ਲਾ ਕੇ ਬੇਨਤੀ ਕਰਦੇ ਹਾਂ ਵੀ ਵੋਟ ਪਾਉਣ ਦਾ ਇਸ ਗੱਲ ਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਵੀ ਤੁਹਾਨੂੰ ਕੋਈ ਕਿੰਨੀ ਅਮਾਊਂਟ ਦੇ ਰਹੇ ਨੇ, ਰਾਈਟ? ਠੀਕ ਹੈ। ਸੋ ਇਸ ਕਰਕੇ ਸਾਡੀ ਬੇਨਤੀ ਆ, ਵੈਸੇ ਸਾਡੇ ਸੀਨੀਅਰ ਬੜੇ ਸਤਿਕਾਰਯੋਗ ਨੇ, ਸਾਰਿਆਂ ਦਾ ਅਸੀਂ ਸੀਸ ਨਿਵਾ ਕੇ ਆਦਰ ਕਰਦੇ ਹਾਂ, ਪਰ ਇੰਨਾ ਕੁ ਜਿਹੜੀ ਕਰੈਕਸ਼ਨ ਆ ਜੀ ਵੀ ਜੇ ਕਿਤੇ ਉਹ ਸੁਣਨ ਪਈ 500 ਹੋਰ ਦਿੱਤਾ ਜਾ ਰਿਹਾ ਇਹੋ ਜਿਹੀ ਕੋਈ ਗੱਲ ਨਹੀਂ,
ਪਰ ਇਹਦੇ ਨਾਲ ਡਿਸਕਰੇਜ ਵੀ ਨਹੀਂ ਹੋਣਾ ਵੀ ਅਸੀਂ ਹੁਣ ਦੂਜੇ ਬੰਨੇ ਵੋਟ ਪਾ ਦਈਏ। ਗੱਲ ਇਹ ਵੀ ਵੋਟ ਪਾਉਣ ਦੇ ਨਾਲ ਇਹਨਾਂ ਰਕਮਾਂ ਦਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਤੁਸੀਂ ਦੇਖ ਲਿਆ ਵੀ ਇੱਕ ਦੇਸ਼ ਉਜਾੜ ਕੇ ਆਪਾਂ ਇੱਧਰ ਨੂੰ ਆ ਗਏ ਹਾਂ ਤੇ ਇਹਨੂੰ ਉਜਾੜ ਕੇ ਹੁਣ ਗਾਂਹ ਤੇ ਕੋਈ ਟਿਕਾਣਾ ਹੀ ਨਹੀਂ ਆ। ਇਹ ਵੀ ਗੱਲ ਸਹੀ ਜੋਲ ਸਾਹਿਬ। 9058131320 ਕਾਫੀ ਲੋਲੀਪੌਪਸ ਇਸ ਹਫਤੇ ਦਿੱਤੇ ਜਾ ਰਹੇ ਨੇ ਐਂਡ ਕਾਫੀ ਬਿਕਾਜ਼ ਜਿਹੜਾ ਲਾਸਟ ਵੀਕ ਹੁੰਦਾ ਹੈ ਜੋਲ ਸਾਹਿਬ ਇੱਥੇ ਤਾਂ ਫਿਰ ਕਹਿੰਦੇ ਕੁੰਡੀਆਂ ਦੇ ਸਿੰਘ ਤਾਂ ਹੁਣ ਫਸਣੇ ਆ, ਹੁਣ ਕਿਹੜੇ ਕਿਹੜੇ ਵਾਅਦੇ ਕਿਹੜੇ ਕਿਹੜੇ ਗੱਲਾਂ ਆਪਣੇ ਬੈਕ ਪੋਕਟ ਦੇ ਵਿੱਚ ਲੈ ਕੇ ਸਾਡੇ ਲੀਡਰਸ ਸਾਹਿਬਾਨ ਅੱਗੇ ਆਉਣਗੇ ਇਹ ਤਾਂ ਰੱਬ ਹੀ ਜਾਣਦਾ, ਪਰੰਤੂ ਇਹ ਜਿਹੜਾ ਵੀਕ ਹੈ ਤੁਸੀਂ ਜਿਹੜੇ ਪੋਲ ਸਾਨੂੰ ਭੇਜੇ ਜੋਲ ਸਾਹਿਬ ਕਾਫੀ ਹੱਦ ਤੱਕ ਇਹ ਜਿੱਦਾਂ ਬਰਾਬਰੀ 'ਤੇ ਪੁਆਇੰਟ ਪੁਆਇੰਟ ਦਾ ਫਰਕ ਹੈ, ਪਰੰਤੂ 20 ਤਰੀਕ ਨੂੰ ਪਤਾ ਲੱਗ ਜਾਵੇਗਾ ਕਿ ਹੂ ਵਿਲ ਬੀ ਦਾ ਵਿਨਰ। ਪਰੰਤੂ ਮੈਂ ਇੱਕ ਮੇਰਾ ਫਿਰ ਦੁਬਾਰਾ ਸਵਾਲ ਉੱਥੇ ਆਉਂਦਾ ਜੋਲ ਸਾਹਿਬ, ਤੁਸੀਂ ਕਿਹਾ ਕਿ 14 ਨੂੰ ਪਤਾ ਲੱਗੇਗਾ ਕਿ 20 ਨੂੰ ਰਿਜ਼ਲਟ ਆਉਣਗੇ ਕਿ ਨਹੀਂ, ਰਾਈਟ? 14 ਨੂੰ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਲੋਕ ਐਡਵਾਂਸ ਪੋਲ ਕਿਹੜੀ ਰਾਈਟਿੰਗ ਦੇ ਵਿੱਚ। ਓਕੇ ਠੀਕ ਹੈ ਕਿਉਂਕਿ ਕਾਫੀ ਸਪੈਕੂਲੇਸ਼ਨ ਹੋ ਰਹੀ ਆ ਕਿ 20 ਤਰੀਕ ਨੂੰ ਰਿਜ਼ਲਟਸ ਨਹੀਂ ਆਉਣਗੇ। ਯੈਸ, ਕਿਉਂਕਿ ਜੇ ਹੁਣ ਮੇਲ ਇਨ ਵੋਟ ਆ ਜਿਹੜੀ, ਜੇ ਉਹਦੀ ਕੰਡੀਸ਼ਨ ਹੀ ਇਹ ਰੱਖੀ ਹੋ ਆ ਵੀ 20 ਤਰੀਕ ਤੱਕ ਉਹ ਮਿਲ ਜਾਣੀਆਂ ਚਾਹੀਦੀਆਂ। ਅੱਛਾ, 20 ਤਰੀਕ ਤੱਕ ਜੇ ਮਿਲ ਜਾਣੀਆਂ ਚਾਹੀਦੀਆਂ ਤੇ ਇਹ ਡਿਪੈਂਡ ਕਰੇਗਾ ਵੀ ਉਹ ਨੰਬਰਸ ਦੇ ਵਿੱਚ ਕਿੰਨੀਆਂ ਕੁ ਹੈਗੀਆਂ ਵੀ ਉਹ ਸੇਮ ਨਾਈਟ 12 ਵਜੇ ਤੋਂ ਪਹਿਲਾਂ ਗਿਣੀਆਂ ਜਾ ਸਕਦੀਆਂ, ਰਾਈਟ? ਤੇ ਜੇ ਨਹੀਂ ਤੇ ਫਿਰ ਜਾਣੀ ਕਿ ਜਿਹੜੀ ਉਹਨਾਂ ਦੀ ਕਾਊਂਟਿੰਗ ਆ ਉਹ ਨੈਕਸਟ ਡੇ ਸ਼ੁਰੂ ਹੋਗੀ, ਤੇ ਜੇ ਨੈਕਸਟ ਡੇ ਉਹਨਾਂ ਦੀ ਕਾਊਂਟਿੰਗ ਸ਼ੁਰੂ ਹੋਏਗੀ ਤੇ ਫਿਰ ਸੇਮ ਡੇ ਰਿਜ਼ਲਟ ਨਹੀਂ ਆ ਸਕਦਾ ਜੀ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੈਰੀਫਾਈ ਹੋ ਜਾਏਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਆਏਗਾ। ਬਿੱਲ 21 ਥੋੜ੍ਹਾ ਜਿਹਾ ਸੋਫਟਨ ਕੀਤਾ ਹੈ ਉਹਨਾਂ ਨੇ ਇਸ ਬਿੱਲ ਨੂੰ ਲੈ ਕੇ, ਕੀ ਕੁਝ ਸੋਫਟਨ ਕੀਤਾ ਹੈ ਇਹਦੀ ਥੋੜੀ ਜਾਣਕਾਰੀ ਸਾਨੂੰ ਦਿਓ ਜੀ। ਅਰਸ਼ ਇਸ ਤਰ੍ਹਾਂ ਵੀ ਇਹ ਆਪਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਕੋਈ ਕੁਸ਼ਤੀ ਚੱਲਦੀ ਆ ਜਾਂ ਕੋਈ ਕਹਿ ਲਓ ਵੀ ਦੌੜ ਹੋ ਰਹੀ ਆ, ਜਿਹੜੇ ਖਿਡਾਰੀ ਆ ਜਾਂ ਪਹਿਲਵਾਨ ਆ ਵੀ ਉਹ ਆਪਣਾ ਜਿਹੜਾ ਆਖਰੀ ਦਾਅ ਸਾਂਭ ਕੇ ਰੱਖਦੇ ਆ ਹਨਾ, ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਹੁਣ ਆ ਜਿਹੜੇ ਸਰਵੇਜ਼ ਆ ਰਹੇ ਆ ਵੀ ਅਸੀਂ ਲਾਸਟ ਵੀਕ ਦੇ ਵਿੱਚ ਐਂਟਰ ਕਰ ਗਏ ਆ ਜੀ, ਤੇ ਉਸ ਲਿਹਾਜ਼ ਨਾਲ ਲੱਗਦਾ ਜੀ ਵੀ ਹਰ ਇੱਕ ਨੇ ਜਿਹੜਾ ਆਪੋ ਆਪਣਾ ਦਾਅ ਆ ਨਾ ਵੀ ਉਹ ਇਸ ਹਫਤੇ ਦੇ ਦੌਰਾਨ ਹੀ ਵਰਤਣ ਦੀ ਕੋਸ਼ਿਸ਼ ਕਰਨੀ ਆ ਜੀ। ਉਸ ਦਾਅ ਦੇ ਵਿੱਚ ਕਈ ਵਾਰੀ ਧੋਬੀ ਪਟਕਾ ਵੀ ਸਾਡੇ ਉੱਥੇ ਬੜਾ ਮਸ਼ਹੂਰ ਹੈ ਵੀ ਉਹ ਧੋਬੀ ਪਟਕਾ ਹੁੰਦਾ ਵੀ ਇੱਕਦਮ ਪਟਕਾ ਕੇ ਆ ਨਾ ਮਾਰਨਾ ਵੀ ਜਿਹਦੀ ਕੋਈ ਆਸ ਉਮੀਦ ਨੀ ਕਿਸੇ ਨੇ ਕੀਤੀ ਹੁੰਦੀ ਜੀ, ਉਹ ਧੋਬੀ ਪਟਕਾ ਵੀ ਆ ਸਕਦਾ, ਡਿਪੈਂਡ ਕਰਦਾ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਪੇਨ ਕਿਸ ਕਦਰ ਜਿਹੜੀ ਕਿੱਧਰ ਕਿੱਧਰ ਨੂੰ ਜਾਂਦੀ ਆ। ਪਰ ਦੂਸਰੇ ਪਾਸੇ ਇਹ ਆ ਜੀ ਵੀ ਬਿੱਲ 21 ਕੱਲ ਮੈਨੂੰ ਮੌਕਾ ਮਿਲਿਆ ਸੀਗਾ ਰੂਬੀ ਸੋਹਤਾ ਨਾਲ ਵੀ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਸੀ ਜੀ। ਇਹ ਬਿੱਲ 21 ਉਹੀ ਆ ਜੀ ਵੀ ਜਿਹੜਾ ਕਿਊਬੈਕ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਇਹ ਪਾਸ ਹੋ ਚੁੱਕਾ ਆ, ਔਰ ਉਹਦੇ ਵਿੱਚ ਜਿਹੜਾ ਇਹ ਰਿਲੀਜੀਅਸ ਸਿੰਬਲ ਆ ਜਾਣੀ ਵੀ ਇਹ ਇੰਪਲੋਈਜ਼ ਦੇ ਸਰਕਾਰੀ ਇੰਪਲੋਈਜ਼ ਦੇ ਪਹਿਨਣ ਤੇ ਮਨਾਈ ਆ, ਜਿਹਦੇ ਵਿੱਚ ਕਿ ਟੀਚਰ ਡਾਕਟਰ ਸੋ ਹਰ ਤਰ੍ਹਾਂ ਦੇ ਪ੍ਰੋਫੈਸ਼ਨਲ ਜਿਹੜੇ ਆ ਉਹ ਆ ਜਾਂਦੇ ਆ ਜੀ। ਸੋ ਜੇ ਰਿਲੀਜੀਅਸ ਜਿਹੜੇ ਸਿੰਬਲਸ ਆ ਜੀ ਵੀ ਉਹਦੇ ਨਾਲ ਫਿਰ ਮੁਸਲਿਮ ਤੇ ਸਿੱਖ ਕਮਿਊਨਿਟੀ ਸਿੱਧੇ ਤੌਰ ਤੇ ਪ੍ਰਭਾਵਿਤ ਹੈ, ਜਿਹਦੇ ਕਰਕੇ ਕਿ ਕਾਫੀ ਲੋਕ ਪਤਾ ਲੱਗ ਰਿਹਾ ਵੀ ਕਿਊਬੈਕ ਨੂੰ ਹੁਣ ਮਾਈਨੋਰਟੀਜ਼ ਉਹ ਅਵੋਇਡ ਕਰਦੇ ਨੇ ਤੇ ਸੈਟਲਡ ਲੋਕ ਵੀ ਉਹ ਪ੍ਰੋਵਿੰਸ ਛੱਡ ਕੇ ਜਾਣ ਲਈ ਮਜਬੂਰ ਹੋ ਰਹੇ ਨੇ। ਸੋ ਇਸ ਕਰਕੇ ਇਹ ਆ ਜੀ ਵੀ ਜਿਹਦੇ ਤੇ ਵੀ ਆਪਾਂ ਦੇਖ ਰਹੇ ਹਾਂ, ਭਾਵੇਂ ਕਿ ਮੈਨੂੰ ਵਾਈਟ ਹਾਊਸ ਜਦੋਂ ਗਏ ਸੀ ਜਸਟਿਨ ਟਰੂਡੋ ਹੋਣਾ ਦੇ ਨਾਲ ਉੱਥੇ ਸਵਾਲ ਕਰਨ ਦਾ ਵੀ ਉਹਨਾਂ ਨੂੰ ਮੌਕਾ ਮਿਲਿਆ ਗਿਆ ਸੀਗਾ, ਇਸ ਤਰੀਕੇ ਦੇ ਨਾਲ ਬੋਲ ਹੀ ਨਹੀਂ ਰਹੇ ਉਹ ਇਹਦੇ ਬਾਰੇ ਚ, ਤੇ ਫਿਰ ਜਾਣੀ ਕਿ ਉਹ ਉਸ ਵੇਲੇ ਤੇ ਗੋਲਮੋਲੋ ਜਵਾਬ ਉਹਨਾਂ ਨੇ ਦਿੱਤਾ ਸੀਗਾ ਤੇ ਉਦੋਂ ਤੋਂ ਲਗਭਗ ਜਿਹੜੀ ਲਿਬਰਲ ਪਾਰਟੀ ਦੇ ਬਾਰੇ ਖਾਮੋਸ਼ ਹੀ ਆ। ਤੇ ਮੈਂ ਰੂਬੀ ਸੋਹਤਾ ਉਹਨਾਂ ਨੂੰ ਕੱਲ ਪੁੱਛਿਆ ਸੀ ਵੀ ਚਲੋ ਲਿਬਰਲ ਪਾਰਟੀ ਨੇ ਜਿਸ ਤਰ੍ਹਾਂ ਦਾ ਵੀ ਸਟੈਂਡ ਲਿਆ, ਪਰ ਤੁਸੀਂ ਜਿਹੜੇ 18 ਸਿੱਖ MP ਸੀਗੇ ਤੇ ਉਹ ਸਿੱਖਾਂ ਬਾਰੇ ਇਹ ਰਿਲੀਜੀਅਸ ਸਿੰਬਲ ਬਾਰੇ ਤੁਸੀਂ ਕਿਉਂ ਨਹੀਂ ਬੋਲ ਸਕੇ ਹਨਾ, ਰਾਈਟ? ਤੇ ਫਿਰ ਉਹਨਾਂ ਨੇ ਆਪਣੇ ਚਿੱਤੋਂ ਕਿਹਾ ਨਹੀਂ ਜੀ ਅਸੀਂ ਸਾਰੇ ਜਿਹੜੇ ਆ ਉਹ ਇਕੱਠੇ ਆ ਸਿੱਖ ਕਮਿਊਨਿਟੀ ਬਾਰੇ ਸਟੈਂਡ ਲੈਂਦੇ ਹਾਂ ਜਦੋਂ ਕਿਤੇ ਵੀ ਕੌਕਸ ਦੀ ਮੀਟਿੰਗ ਹੁੰਦੀ ਆ, ਘੱਟ ਨਹੀਂ ਕੀਤੀ ਜਾਂਦੀ ਵਗੈਰਾ ਵਗੈਰਾ। ਤੇ ਪਰ ਲੇਕਿਨ ਕਿ ਦੂਸਰੇ ਪਾਸੇ ਇਹ ਆ ਜੀ ਵੀ ਇਹ ਹੁਣ ਅਜੇ ਵੀ ਉੱਥੇ ਕੋਰਟ ਦੇ ਵਿੱਚ ਹੀ ਇਹਨੂੰ ਚੈਲੰਜ ਕੀਤਾ ਹੋਇਆ ਪ੍ਰੋਵਿੰਸ਼ਲ ਲੈਵਲ ਤੇ, ਫੈਡਰਲ ਗਵਰਨਮੈਂਟ ਦਾ ਤਰਕ ਆਪਣੇ ਜਿੱਤੋਂ ਹੁਣ ਤੱਕ ਇਹ ਆ ਰਿਹਾ ਵੀ ਅਸੀਂ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਆਇਆ ਰੂਬੀ ਸੋਹਤਾ ਵੀ ਕੱਲ ਇਹੀ ਕਹਿੰਦੇ ਸੀਗੇ ਤੇ ਇਹਦਾ ਜ਼ਰੂਰ ਉੱਥੇ ਬਣਦਾ ਵਿਰੋਧ ਹੈ ਜੋੜੋ ਕਰਨ ਦੀ ਕੋਸ਼ਿਸ਼ ਹੋਏਗੀ। ਰਾਈਟ, ਹੁਣ ਇਹ ਦੇਖਿਆ ਵੀ ਆਪਾਂ ਡਿਬੇਟ ਦੇ ਵਿੱਚ ਵੀ ਗੱਲ ਉੱਠਦੀ ਰਹੀ ਆ ਉੱਥੇ ਵੀ ਥੋੜਾ ਜਿਹਾ ਸੀ, ਉਸ ਤੋਂ ਬਾਅਦ ਟਵੀਟਸ ਵੀ। ਸੋ ਕੰਜ਼ਰਵੇਟਿਵ ਪਾਰਟੀ ਦਾ ਤੇ ਟੋਟਲ ਜਿਹੜਾ ਸੀ ਡਿਫਰੈਂਟ ਸਟੈਂਡ ਆ ਵੀ ਉਹ ਬਿਲਕੁਲ ਉੱਥੇ ਪ੍ਰੋਵਿੰਸ਼ੀਅਲ ਜਿਹੜਾ ਪਾਰਲੀਮੈਂਟ ਦੇ ਵਿੱਚ ਕੋਈ ਲਾਅ ਪਾਸ ਹੋ ਗਿਆ ਉਹ ਉਹਦਾ ਵਿਰੋਧ ਉਹ ਕਰਨਗੇ ਨਹੀਂ ਵੀ ਉਹਨੂੰ ਮੰਨ ਲੈਣਗੇ ਉਹ ਜਿੱਦਾਂ ਦਾ ਵੀ ਹੈਗਾ ਹਨਾ। ਜੀ ਜੀ ਜੀ। ਪਰ ਜਿਹਦੇ ਹੁਣ ਜਸਟਿਨ ਟਰੂਡੋ ਜਿਹੜੇ ਜੀ ਵੀ ਤਾਂ ਕਿ ਸਿੱਖ ਕਮਿਊਨਿਟੀ ਨੂੰ ਥੋੜਾ ਜਿਹਾ ਉਹ ਨਾਲ ਵੀ ਜੋੜੀ ਰੱਖਣ, ਐਟਲੀਸਟ ਮਤਲਬ
6 ਇੱਕ ਦਰਜਨ ਇਹੋ ਜਿਹੀਆਂ ਸਾਡੇ ਇੱਥੇ ਦੇਸ਼ ਦੇ ਵਿੱਚ ਰਾਈਟਿੰਗਸ ਹੋ ਸਕਦੀਆਂ ਜਿਹਦੇ ਤੇ ਥੋੜਾ ਥੋੜਾ ਪਰਸੈਂਟ ਕਰਕੇ ਜਾਣੀ ਸਿੱਖ ਕਮਿਊਨਿਟੀ ਦੀ ਵੋਟ ਅਸਰ ਪਾ ਸਕਦੀ ਆ। ਰਾਈਟ, ਵੱਧ ਕਰਕੇ ਵੀ ਉਹ ਸੇਫਰ ਆਪਣੇ ਆਪ ਨੂੰ ਇਸ ਕੰਟਰੀ ਦੇ ਵਿੱਚ ਮਾਈਨੋਰਟੀਜ਼ ਦੇ ਜਿਹੜੇ ਰਾਈਟਸ ਉਹ ਫੀਲ ਕਰਨ, ਤੇ ਉਸ ਲਿਹਾਜ਼ ਨਾਲ ਉਹਨਾਂ ਨੇ ਹੁਣ ਆਪਣੇ ਚਿੱਤੋਂ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਬਿੱਲ ਜਿਹੜਾ ਇਹ 21 ਹੈਗਾ, ਤੇ ਜੇ ਸਾਨੂੰ ਜਾਣੀ ਇਹਦੇ ਵਿੱਚ ਇੰਟਰਵੀਨ ਕਰਨ ਦੀ ਲੋੜ ਹੋਈ ਤੇ ਅਸੀਂ ਝਿਜਕਾਂਗੇ ਨਹੀਂ। ਸੋ ਕਹਿਣ ਦਾ ਮਤਲਬ ਇਹ ਆ ਵੀ ਇਹੀ ਜਦੋਂ ਵੀ ਇੱਥੇ ਸੁਪਰੀਮ ਕੋਰਟ ਦੇ ਵਿੱਚ ਇਹ ਆਊਗਾ, ਉਦੋਂ ਫੈਡਰਲ ਗਵਰਨਮੈਂਟ ਇਹਦੇ ਵਿੱਚ ਇੰਟਰਵੀਨ ਕਰ ਸਕਦੀ ਆ। ਸੋ ਇਹ ਆਉਣ ਵਾਲੇ ਸਮੇਂ ਦੀ ਹੁਣ ਗੱਲ ਹੋਏਗੀ ਵੀ ਪੋਲੀਟੀਕਲ ਤੇ ਇਲੈਕਸ਼ਨ ਤੋਂ ਬਾਅਦ ਸਰਕਾਰ ਕਿਹਦੀ ਬਣਦੀ ਆ, ਜੀ ਸਰਕਾਰ ਇਹਨਾਂ ਦੀ ਹੋਏਗੀ ਤੇ ਇਹ ਇੰਟਰਵੀਨ ਕਰ ਸਕਣਗੇ, ਪਰ ਜੇ ਕੰਜ਼ਰਵੇਟਿਵ ਪਾਰਟੀ ਦੀ ਆਈ ਨਾ ਚੁੜੀ ਤੇ ਫਿਰ ਉਹ ਕਹਿ ਚੁੱਕੇ ਆ ਵੀ ਅਸੀਂ ਤੇ ਮੰਨ ਲਵਾਂਗੇ ਜਿਸ ਤਰ੍ਹਾਂ ਦਾ ਵੀ ਲਾ ਹੈਗਾ ਜੀ। ਆਈ ਐਮ ਵੈਰੀ ਸਰਪ੍ਰਾਈਜ਼ਡ, ਪਹਿਲੋਂ ਕਰਦੇ ਆ ਫਿਰ ਚੇਂਜ ਕਰਦੇ, ਪਹਿਲੋਂ ਕਰਦੇ ਹੀ ਕਿਉਂ ਜੇ ਚੇਂਜ ਕਰਨਾ ਹੀ ਆ? ਕਿਉਂਕਿ ਇਹ ਨਾ ਇਲੈਕਸ਼ਨ ਜਾਂ ਕਹ ਲਓ ਵੀ ਪੋਲਿਟਿਕਸ ਇਹ ਵੋਟ ਦੀ ਰਾਜਨੀਤੀ ਆ। ਜੀ ਜੀ ਜੀ। ਜਿਹੜਾ ਕੁਬੈਕ ਪ੍ਰੋਵਿੰਸ ਆ ਉਹਦਾ ਬੜਾ ਵਿਲੱਖਣ ਜਿਹਾ ਸਟੇਟਸ ਹੈ, ਉਹ ਆਪਣੇ ਆਪ ਨੂੰ ਮਾਈਨੋਰਿਟੀ ਸਮਝਦੇ ਨੇ ਕੈਨੇਡਾ ਦੇਸ਼ ਦੇ ਵਿੱਚ, ਤੇ ਹਰ ਜਾਣੀ ਕਿ ਰੋਗਦਾਰ ਤਰੀਕੇ ਦੇ ਨਾਲ ਉਹ ਜਿਹੜਾ ਵੀ ਆਪਣਾ ਜਿਹੜਾ ਜੀ ਲੈਂਗੁਏਜ ਤੇ ਕਲਚਰ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਜਿਹੜਾ ਸਟੈਂਡ ਲੈਂਦੇ ਨੇ। ਜੀ, ਆਪਾਂ ਦੇਖਦੇ ਰਹੇ ਹਾਂ ਵੀ ਡਿਬੇਟਸ ਦੇ ਵਿੱਚ ਵੀ ਜਿਹੜੇ ਫਰਾਂਸਵਾ ਬਲਾਂਸ਼ੇ ਸੀਗੇ ਬਲਾਕ ਕੁਬੈਕ ਦੇ ਲੀਡਰ, ਜਾਣੀ ਕਿ ਉਹ ਹਰ ਗੱਲ ਨੂੰ ਮੋੜਵਾਂ ਜਵਾਬ ਜਾਣੀ ਦਿੰਦੇ ਰਹੇ ਵੀ ਇਹ ਡਿਸਕ੍ਰਿਮੀਨੇਟਰੀ ਤਾਂ ਹੈ ਹੀ ਨਹੀਂ ਆ ਬਿੱਲ 21, ਜੀ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ, ਤਾਂ ਅਸੀਂ ਆਪਣੇ ਜਿਹੜੇ ਉੱਥੇ ਜੀ ਵੀ ਹੱਕ ਆ ਉਹ ਕਹ ਲਓ ਵੀ ਕੁਬੈਕ ਪ੍ਰੋਵਿੰਸ ਨੂੰ ਅਸੀਂ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਣੇ ਕਲਚਰ ਨੂੰ ਤੇ ਆਪਣੇ ਹੈਰੀਟੇਜ ਨੂੰ। ਤੇ ਦੂਸਰਾ ਇਹ ਆ ਜੀ ਵੀ ਲੇਕਿਨ ਕਿ ਜਿਹੜੀਆਂ ਮਾਈਨੋਰਿਟੀਜ਼ ਆ ਨੈਚੁਰਲੀ ਆ ਜੀ ਵੀ ਜੇ ਉਹਨਾਂ ਨੂੰ ਇਹ ਫਰੀਡਮ ਨਹੀਂ ਹੋਏਗੀ ਆਪਣਾ ਰਿਲੀਜਨ ਤੇ ਕਲਚਰ ਪ੍ਰੈਕਟਿਸ ਕਰਨ ਦੀ, ਤੇ ਫਿਰ ਉਹ ਆਪਣੇ ਆਪ ਨੂੰ ਫ੍ਰੀ ਨਹੀਂ ਉੱਥੇ ਕੁਬੈਕ ਦੇ ਵਿੱਚ ਫੀਲ ਕਰਨਗੇ। ਕਹਿਣ ਦਾ ਮਤਲਬ ਅਕੋਰਡਿੰਗ ਟੂ ਕੁਬੈਕ ਵੈਲਿਊਜ਼ ਹੀ ਮਾਈਨੋਰਿਟੀਜ਼ ਨੂੰ ਵੀ ਢੜਨਾ ਪਏਗਾ, ਜਿਹਦੇ ਵਿੱਚ ਕਿ ਇਹ ਧਾਰਮਿਕ ਚਿੰਨ੍ਹ ਜਿਹੜੇ ਉਹਨਾਂ ਨੇ ਸ਼ਾਮਿਲ ਕੀਤੇ ਆ। ਆਲਰਾਈਟ, 905-813-1320 ਕਾਲ ਸਾਰੀ ਫਲੈਸ਼ ਕਰ ਰਹੇ ਨੇ। ਨੈਕਸਟ ਕਾਲ ਔਨ ਦੀ ਏਅਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ। ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਕੀ ਆ ਪੁੱਛਣਾ ਸੀ, ਕਿਵੇਂ ਆ ਪਾਰਟੀਆਂ ਦੀ ਸਥਿਤੀ ਕਿਵੇਂ ਆ ਜੀ, ਇਹ ਦੱਸ ਪੁੱਛਣਾ ਸੀਗਾ ਜੀ। ਠੀਕ ਹੈ ਜੀ। ਹਾਂ ਜੋਲ ਸਾਹਿਬ ਜੀ। ਜੀ ਹਾਂ, ਵੈਸੇ ਤਾਂ ਜਿਹੜੀ ਆਪਾਂ ਗੱਲ ਕੀਤੀ ਸੀ ਉੱਥੇ ਹੀ ਲਗਭਗ ਖੜੇ ਹਾਂ ਵੈਸੇ ਲਿਬਰਲ ਪਾਰਟੀ। ਵੀਕਐਂਡ ਦੇ ਦੌਰਾਨ ਜਿਹੜੇ ਜੀ ਵੀ ਇਹ ਇਪਸੋਸ ਦੇ ਨਵੇਂ ਸਰਵੇ ਆਏ ਸੀਗੇ ਉਹਦੇ ਅਨੁਸਾਰ, ਵੈਸੇ ਰੂਬੀ ਸੋਤਾ ਵੀ ਦੱਸ ਰਿਹਾ ਸੀ ਵੀ ਅਸੀਂ ਹੁਣ ਲਿਬਰਲ ਪਾਰਟੀ ਦੁਬਾਰਾ ਅੱਗੇ ਨਿਕਲ ਗਏ ਹਾਂ, ਓਂਟੇਰੀਓ 'ਚ ਵੀ ਅੱਗੇ ਨਿਕਲ ਗਏ ਹਾਂ, ਤੇ ਵਾਕਈ ਜਿਹੜੇ ਕੱਲ੍ਹ ਮਤਲਬ ਲਾਸਟ ਈਵਨਿੰਗ ਸਰਵੇ ਜਿਹੜੇ ਆ ਪਬਲਿਕ ਹੋਏ ਸੀ ਉਹਦੇ ਵਿੱਚ ਲਿਬਰਲ ਪਾਰਟੀ ਜਿਹੜੀ ਆ ਕੰਜ਼ਰਵੇਟਿਵ ਤੋਂ 2-3% ਤੱਕ ਅੱਗੇ ਦੱਸੀ ਜਾ ਰਹੀ ਸੀਗੀ। ਜੀ, ਪਰ ਉਸ ਤੋਂ ਬਾਅਦ ਫਿਰ ਜਿਹੜਾ ਸੀਬੀਸੀ ਦਾ ਇਹ ਜਿਹੜਾ ਜੀ ਵੀ ਪੋਲਸ ਆਫ ਦਾ ਪੋਲਸ ਕਿਹਾ ਜਾਂਦਾ ਵੀ ਉਹਦੇ ਵਿੱਚ ਮੈਥੋਡੋਲੋਜੀਜ਼ ਜਿਹੜੀਆਂ ਸਾਰੀਆਂ ਹੀ ਐਡ ਕਰਕੇ ਮੈਥੋਡੋਲੋਜੀ ਤਿਆਰ ਕੀਤੀ ਹੋਈ ਆ ਵੀ ਉਹ ਪੋਲਸ ਦਾ ਪੋਲ ਆ, ਉਹਦੇ ਵਿੱਚ ਇੱਕ ਵਾਰ ਫੇਰ ਜਾਣੀ ਕਿ ਫਸਵੀਂ ਟੱਕਰ ਹੈ। ਸੋ 0.12% ਦੇ ਅੱਗੇ ਪਿੱਛੇ ਦੇ ਨਾਲ ਹੀ ਲਿਬਰਲ ਪਾਰਟੀ ਥੋੜੀ ਜਿਹੀ ਕੰਜ਼ਰਵੇਟਿਵ ਤੋਂ ਫੇਰ ਵੀ ਅੱਗੇ ਦੱਸੀ ਜਾ ਰਹੀ ਆ। ਡਿਬੇਟਸ ਦਾ ਥੋੜਾ ਜਿਹਾ ਇਹ ਅਸਰ ਸਮਝਿਆ ਜਾਂਦਾ ਵੀ ਜਿਹਦੇ ਕਰਕੇ ਲਿਬਰਲ ਪਾਰਟੀ ਨੇ ਇੱਕ ਵਾਰ ਫੇਰ ਹੁਲਾਰਾ ਜਿਹੜਾ ਉਹਨਾਂ ਦੀ ਪਾਪੂਲੈਰਿਟੀ ਨੂੰ ਮਿਲਿਆ, ਪਰ ਇਹਦੇ ਬਾਵਜੂਦ ਹੁਣ ਦੇਖਦੇ ਹਾਂ ਜੀ ਕਿਉਂਕਿ ਸਰਵੇਖਣ ਤੇ ਡੇਲੀ ਬੇਸਿਸ ਤੇ ਆ ਰਹੇ ਆ, ਉਹਦੇ ਵਿੱਚ ਥੋੜਾ ਜਿਹਾ ਇਹ ਕੰਜ਼ਰਵੇਟਿਵ ਨੂੰ ਕਦੀ ਅੱਗੇ ਕਦੀ ਲਿਬਰਲ ਨੂੰ ਅੱਗੇ, ਜਿਸ ਤਰ੍ਹਾਂ ਕੋਈ 100 ਮੀਟਰ ਦੀ ਰੇਸ ਲੱਗੀ ਹੁੰਦੀ ਆ ਤੇ ਆਖਰੀ ਪਲਾਂ ਤੇ ਕੋਈ ਵੀ ਖਿਡਾਰੀ ਅੱਗੇ ਨਿਕਲ ਸਕਦਾ, ਜੀ ਉਹ ਸਿਚੁਏਸ਼ਨ ਆ ਉਹ ਜਿਹੜੀ ਬਣੀ ਹੋਈ ਆ। ਐਨ ਡੀ ਪੀ ਲੇਕਿਨ ਕਿ ਸਟੇਬਲ 19-20 ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਆ ਜੀ, ਲੱਗ ਰਿਹਾ ਜਿਸ ਕਰਕੇ ਵੀ ਕੋਈ ਹੋਰ ਪਾਰਟੀ ਇਲੈਕਸ਼ਨ ਡੇ ਤੋਂ ਬਾਅਦ ਸੈਲੀਬ੍ਰੇਟ ਕਰੇ ਨਾ ਕਰੇ ਐਨ ਡੀ ਪੀ ਜ਼ਰੂਰ ਕਰੇਗੀ ਕਿਉਂਕਿ ਇਹਨਾਂ ਦੀਆਂ ਸੀਟਾਂ ਵੱਧ ਰਹੀਆਂ ਲੱਗਦੀਆਂ। ਆਲਰੇਡੀ ਐਨ ਡੀ ਪੀ ਜਗਮੀਤ ਸਿੰਘ ਟਿਕਟੋਕ ਤੇ ਡਾਂਸ ਕਰ ਰਹੇ ਨੇ, ਸੋ ਦੈਟ ਮੀਨਸ ਹੀ ਇਜ਼ ਆਲਰੇਡੀ ਸੈਲੀਬ੍ਰੇਟਿੰਗ ਇਨ ਐਡਵਾਂਸ। ਸੋ ਲੈਟਸ ਟੇਕ ਦ ਨੈਕਸਟ ਕਾਲ ਔਨ ਦੀ ਏਅਰ। ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ ਵੀਰ ਜੀ। ਹੈਲੋ। ਹਾਂਜੀ, ਤੁਸੀਂ ਔਨ ਦੀ ਏਅਰ ਹੋ ਜੀ। ਦੇਖੋ ਜੀ, ਸਿਟੀਜ਼ਨ ਦਾ ਪਹਿਲੀ ਗੱਲ ਉੱਥੇ ਪ੍ਰੂਫ ਤੁਹਾਨੂੰ ਲੋੜ ਨਹੀਂ ਹੈਗੀ, ਤੇ ਜੇ ਤੁਸੀਂ ਸਿਟੀਜ਼ਨ ਹੋ, ਇਹ ਹਰ ਇਨਸਾਨ ਨੂੰ ਪਤਾ ਜਦੋਂ ਵੋਟ ਪਾਉਣ ਜਾਂਦਾ ਵੀ ਉਹ ਸਿਟੀਜ਼ਨ ਹੈਗਾ ਕਿ ਨਹੀਂ। ਵੀ ਜੇ ਕੋਈ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨੇ, ਰਾਈਡਿੰਗ ਦੇ ਵਿੱਚ ਰਹਿੰਦੇ ਨੇ, ਤੇ ਹੋਸ਼ੋ ਹਵਾਸ ਦੇ ਵਿੱਚ, ਤੇ ਮਤਲਬ ਉਮਰ ਤਾਂ ਜੀ ਸਾਡੀ ਹੈਗੀ ਆ। ਇਹਦੇ ਨਾਲ ਹਰ ਵਿਅਕਤੀ ਨੂੰ 18 ਸਾਲ ਦੀ ਉਮਰ ਤੋਂ ਬਾਅਦ ਹੋਸ਼ ਆ ਵੀ ਮੈਂ ਸਿਟੀਜ਼ਨ ਹੈਗਾ ਕਿ ਨਹੀਂ, ਇਹ ਦੱਸ। ਅਸੀਂ ਇਸ ਕਰਕੇ ਅੱਜ ਇੱਕ ਵਾਰ ਫੇਰ ਰਹੇ ਹਾਂ, ਪਿੱਛੇ ਵੀ ਵੈਸੇ ਪ੍ਰੋਗਰਾਮਾਂ ਚ ਦੱਸ ਚੁੱਕੇ ਹਾਂ, ਤੇ ਬਹੁਤ ਸਾਰੇ ਲੋਕ ਕੋਈ ਚੁਸਤੀ ਚਲਾਕੀ ਵੀ, ਕਿਉਂਕਿ ਵੋਟ ਪਾਉਣ ਵੇਲੇ ਸਿਟੀਜ਼ਨਸ਼ਿਪ ਦਾ ਪ੍ਰੂਫ ਨਹੀਂ ਮੰਗਿਆ ਜਾਂਦਾ ਜੀ, ਉਸ ਵੇਲੇ ਡੈਕਲਾਰੇਸ਼ਨ ਜਿਹੜਾ ਉਹ ਲਿਆ ਜਾਂਦਾ ਵੀ ਹਾਂਜੀ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਕੇ ਹਾਂਜੀ ਤਦੇ ਵੋਟ ਪਾਉਣ ਆਏ ਹੋ, ਤੇ ਜੇ ਉੱਥੇ ਬੰਦੇ ਨੇ ਡੈਕਲਾਰੇਸ਼ਨ ਸਾਈਨ ਕੀਤਾ ਵੀ ਹਾਂਜੀ ਮੈਂ ਕੈਨੇਡੀਅਨ ਸਿਟੀਜ਼ਨ ਹਾਂ,
ਪਰ ਉਹ ਬਾਅਦ ਵਿੱਚ ਪ੍ਰੂਵ ਹੋ ਜੇ ਕਿ ਨਹੀਂ ਸੀ ਤੇ ਫਿਰ ਕਾਫੀ ਸਾਰੀਆਂ ਜਿਹੜੀਆਂ ਲੀਗਲ ਚੈਲੰਜਸ ਆਉਂਦੇ ਆ। ਸੋ ਇਹ ਖੁੱਲੇ ਡੁੱਲੇ ਕਾਨੂੰਨ ਕੈਨੇਡਾ ਨੇ ਰੱਖੇ ਹੋਏ ਆ ਵੀ ਲੋਕਾਂ ਤੇ ਵਿਸ਼ਵਾਸ ਕੀਤਾ ਜਾਂਦਾ ਜੋ ਉਹ ਮੂੰਹੋਂ ਕਹਿੰਦੇ ਨੇ। ਸੋ ਇਸ ਕਰਕੇ ਸਦਾ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਬਣ ਗਏ ਤੇ ਕੈਨੇਡਾ ਦੇ ਵਿੱਚ ਵੋਟ ਪਾਉਣ ਦੇ ਲਈ ਸਿਟੀਜ਼ਨਸ਼ਿਪ ਦਾ ਪ੍ਰੂਫ ਆ ਉਹ ਜਿਹੜਾ ਤੁਹਾਡੇ ਕੋਲ ਨਹੀਂ ਮੰਗਿਆ ਜਾਏਗਾ, ਤੁਹਾਡੇ ਕੋਲ ਰੈਜ਼ੀਡੈਂਸ ਦਾ ਪ੍ਰੂਫ ਮੰਗਿਆ ਜਾਏਗਾ ਤੇ ਤੁਹਾਡੇ ਕੋਲ ਤੁਹਾਡੀ ਫੋਟੋ ਆਈ ਡੀ ਮੰਗੀ ਜਾਏਗੀ, ਕੈਨੇਡੀਅਨ ਸਿਟੀਜ਼ਨ ਤੁਸੀਂ ਹੈਗੇ ਆ ਤੁਹਾਨੂੰ ਇਸ ਗੱਲ ਦਾ ਪਤਾ ਆ। ਸੋ ਇਸ ਕਰਕੇ ਉਹ ਵੀ ਵਿਅਕਤੀ ਜਿਹੜਾ ਕਿ 20 ਸਤੰਬਰ ਨੂੰ ਜਾਂ ਜਿਸ ਦਿਨ ਵੀ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਵੇ ਉਦਣ ਜੇ ਉਹਨੇ ਸਵੇਰੇ ਸਹੁੰ ਚੁੱਕਣੀ ਆ ਨਾ ਵੀ ਸਿਟੀਜ਼ਨ ਬਣਨ ਦੀ ਤੇ ਉਸੇ ਪਲ ਹੀ ਉੱਥੋਂ ਨਿਕਲ ਕੇ ਜਾਣੀ ਉਹ ਸਿਟੀਜ਼ਨਸ਼ਿਪ ਆਫਿਸ ਦੇ ਵਿੱਚੋਂ ਪੋਲਿੰਗ ਸਟੇਸ਼ਨ ਪਾਉਣ ਦੇ ਲਈ ਐਲੀਜੀਬਲ ਆ। ਸੋ ਪਾਸਪੋਰਟ ਜਸਟ ਇੱਕ ਟਰੈਵਲ ਡਾਕੂਮੈਂਟ ਆ, ਇਹ ਕੋਈ ਇਹ ਤੁਹਾਡਾ ਸਿਟੀਜ਼ਨਸ਼ਿਪ ਦੀ ਕਨਫਰਮੇਸ਼ਨ ਨਹੀਂ ਹੈਗੀ ਤੇ ਨਾ ਪੋਲਿੰਗ ਦੇ ਵਿੱਚ ਇਹ ਜਿਹੜਾ ਲਿਜਾਣਾ ਤੁਹਾਡੇ ਵਾਸਤੇ ਜ਼ਰੂਰੀ ਆ, ਪਰ ਇੰਨਾ ਜ਼ਰੂਰੀ ਆ ਵੀ ਤੁਸੀਂ ਸਿਟੀਜ਼ਨ ਹੈਗੇ ਆ। ਜੀ ਸਿਟੀਜ਼ਨ ਹੈਗੇ ਆ, ਸਿਰਫ ਇਹ ਨਹੀਂ ਕਿ ਜੇਬ ਦੇ ਵਿੱਚ ਕੈਨੇਡੀਅਨ ਪਾਸਪੋਰਟ ਆ ਗਿਆ ਮੈਂ ਸਿਟੀਜ਼ਨ ਹੋ ਗਿਆ, ਇਹ ਕੈਨੇਡੀਅਨ ਵੈਲਿਊ ਧਾਰਨ ਕਰਨ ਦੇ ਨਾਲ, ਕੈਨੇਡੀਅਨ ਵੈਲਿਊ ਕੀ ਆ ਵੀ ਰੂਲ ਫੋਲੋ ਕਰਨ ਦੇ ਨਾਲ, ਰੂਲ ਫੋਲੋ ਕੀ ਆ ਵੀ ਵੋਟ ਪਾਉਣ ਉਦੋਂ ਹੀ ਜਾਣਾ ਜਦੋਂ ਮੈਂ ਸਿਟੀਜ਼ਨ ਹੈਗਾ। ਜੀ ਸੋ ਇਹ ਹੁਣ ਬੰਦੇ ਦਾ ਜੇ ਦਿਮਾਗ ਠੀਕ ਹੈ ਤੇ ਉਹਨੂੰ ਪਤਾ ਹੀ ਆ ਮੈਂ ਸਿਟੀਜ਼ਨ ਹੈਗਾ ਕਿ ਨਹੀਂ ਹੈਗਾ। ਸੋ ਜਿਹੜੇ ਲੋਕ ਉਹ ਵੋਟ ਪਾਉਣ ਜਾਣਗੇ ਜਿਹੜੇ ਸਿਟੀਜ਼ਨ ਨਹੀਂ ਹੈਗੇ, ਆਈ ਡੋਂਟ ਨੋ ਵੀ ਫਿਰ ਉਹਨਾਂ ਦਾ ਦਿਮਾਗ ਠੀਕ ਹੈ ਕਿ ਨਹੀਂ। ਸੋ ਬੇਸਿਕਲੀ ਜੋਲ ਸਾਹਿਬ ਦਾ ਮਤਲਬ ਇਹ ਕਹਿੰਦਾ ਹੈ ਕਿ ਤੁਸੀਂ ਜਾ ਕੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੈ, ਯੂ ਹੈਵ ਪਾਸਡ ਯੂਰ ਟੈਸਟ ਐਂਡ ਤੁਸੀਂ ਸਿਟੀਜ਼ਨਸ਼ਿਪ ਹੋ, ਤਾਂ ਤੁਸੀਂ ਸਿਟੀਜ਼ਨ ਹੋ ਕੈਨੇਡਾ ਦੇ, ਜ਼ਰੂਰ ਤੁਸੀਂ ਵੋਟ ਪਾ ਸਕਦੇ ਹੋ। ਬਿਨਾਂ ਸਿਟੀਜ਼ਨ ਦੇ ਤੁਸੀਂ ਵੋਟ, ਸਟੂਡੈਂਟਸ ਜੇ ਨਹੀਂ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਜਾਂ ਤੁਸੀਂ ਪਾਸ ਕੀਤਾ ਟੈਸਟ ਆਪਣਾ, ਯੂ ਕੈਨ ਨੋਟ ਅਪਲਾਈ, ਇਹ ਵੀ ਤੁਹਾਨੂੰ ਵਾਸਤੇ ਇੱਕ ਫਾਈਨ ਪੈ ਸਕਦਾ ਹੈ। ਜੀ ਕੈਨੇਡੀਅਨ ਬੋਰਨ ਹੋ, ਜੀ ਕਈ ਲੋਕ ਜਾਣੀ ਕਿ ਆਪਣੀ ਡਿਫੈਂਸ ਦੇ ਵਿੱਚ ਫਿਰ ਜਿਹੜੀ ਬੇਈਮਾਨ ਮਾਨਸਿਕਤਾ ਹੁੰਦੀ ਨਾ, ਇਹ ਕਿਹਾ ਜਾਊਗਾ ਲੋ ਜੀ ਮੈਨੂੰ ਰੋਕਿਆ ਹੀ ਨਹੀਂ ਕਿਸੇ ਨੇ, ਮੈਂ ਪਾਇਆ ਵੋਟ, ਮੈਂ ਤਾਂ ਰੋਕਿਆ ਹੀ ਨਹੀਂ ਕਿਸੇ ਨੇ। ਇਹ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਭਾਈ, ਤੂੰ ਕੈਨੇਡਾ ਵਿੱਚ ਤੂੰ ਆਪੇ ਹੀ ਰੁਕਣਾ ਸੀ, ਕੈਨੇਡੀਅਨ ਵੈਲਿਊ ਆ ਭਾਈ, ਤੇਰਾ ਦਿਮਾਗ ਜੇ ਦਰੁਸਤ ਆ ਤੇ ਤੂੰ ਆਪੇ ਹੀ ਰੁਕਣਾ ਸੀ ਵੀ ਮੈਂ ਸਿਟੀਜ਼ਨ ਨਹੀਂ ਹੈਗਾ, ਮੈਂ ਵੋਟ ਪਾਉਣ ਨਹੀਂ ਜਾਣਾ। ਰਾਈਟ 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 ਰਾਈਟ, ਜ਼ਰੂਰੀ ਹੈ ਕਿ ਤੈਨੂੰ ਡੰਡਾ ਰੋਕੇ ਤੇ ਫੇਰ ਰੁਕਣਾ? ਅੱਛਾ ਆਪਾਂ ਇਹ ਵੀ ਕਲੀਅਰ ਕਰਦੇ ਕਿ ਪੀ ਆਰ ਵੀ ਹੋਵੇ ਤੁਹਾਡੇ ਕੋਲ, ਤੁਸੀਂ ਨਹੀਂ ਵੋਟ ਪਾ ਸਕਦੇ, ਓਨਲੀ ਸਿਟੀਜ਼ਨਸ ਕੈਨ ਵੋਟ, ਓਨਲੀ ਕੈਨੇਡੀਅਨ ਸਿਟੀਜ਼ਨ, ਓਨਲੀ ਕੈਨੇਡੀਅਨ ਸਿਟੀਜ਼ਨ ਜਾਂ ਉਸ ਤੋਂ ਜ਼ਿਆਦਾ ਉਮਰ, ਕੈਨੇਡੀਅਨ ਸਿਟੀਜ਼ਨ ਤੇ ਰਾਈਡਿੰਗ ਦਾ ਰੈਜ਼ੀਡੈਂਟ ਹੋਵੇ। ਜੀ, ਰਾਈਜ਼ਿੰਗ ਦਾ ਰੈਜ਼ੀਡੈਂਟ ਹੋਵੇ ਐਂਡ ਤੁਹਾਨੂੰ ਵੋਟਰ ਕਾਰਡ ਵੀ ਆਇਆ ਹੋਣਾ, ਜੇ ਨਹੀਂ ਆਇਆ ਐਂਡ ਯੂ ਨੋ ਦੈਟ ਯੂ ਆਰ ਅ ਸਿਟੀਜ਼ਨ, ਜ਼ਰੂਰ ਉਹ ਵੋਟਿੰਗ ਪੋਲਸ ਤੇ ਜਾਓ, ਆਈ ਡੀ ਦਿਖਾਓ ਆਪਣੇ, ਤੁਹਾਡਾ ਨਾਮ ਉੱਥੇ ਹੋਵੇਗਾ, ਉਹ ਚੈੱਕ ਮਾਰਕ ਕਰਨਗੇ, ਤੁਸੀਂ ਵੋਟ ਆਪਣੇ ਪਾ ਸਕਦੇ ਹੋ। ਵੈਰੀ ਗੁੱਡ। ਦੇਖੋ ਮਤਲਬ ਕਿਹੜਾ ਐਸਾ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦਾ ਬੰਦਾ ਆ ਜਾਂ ਬੀ ਆ ਜਿਹਨੂੰ ਇਹ ਨਹੀਂ ਪਤਾ ਵੀ ਮੈਂ ਰਾਈਡਿੰਗ ਚ ਜਿੱਥੇ ਵੋਟ ਪਾਉਣ ਜਾਣਾ ਮੈਂ ਉੱਥੇ ਰਹਿੰਦੀ ਹਾਂ ਕਿ ਮੈਂ ਕਿਤੇ ਹੋਰ ਰਹਿੰਦਾ ਹਾਂ, ਮੇਰੀ ਉਮਰ 18 ਸਾਲ ਹੋ ਗਈ ਕਿ ਨਹੀਂ, ਤੇ ਜੇ ਹੋਸ਼ ਹਵਾਸ ਕਾਇਮ ਹੈ ਤੇ ਉਹਨੂੰ ਇਹ ਵੀ ਪਤਾ ਵੀ ਮੈਂ ਪੀ ਆਰ ਆ, ਮੈਂ ਰਿਫਿਊਜੀ ਆ, ਮੈਂ ਵਰਕ ਪਰਮਿਟ ਤੇ ਆ, ਮੈਂ ਸਟੂਡੈਂਟ ਆ ਕਿ ਜਾਂ ਮੈਂ ਸਿਟੀਜ਼ਨ ਆ। ਰਾਈਟ। ਉਹ ਭਾਈ ਇਹਦੇ ਵਿੱਚੋਂ ਜੇ ਹੁਣ ਤੈਨੂੰ ਆਪੇ ਹੀ ਪਤਾ ਤੇ ਇਹਨੂੰ ਰੋਕਣਾ ਕਿ ਨਹੀਂ ਆ, ਤੂੰ ਆਪੇ ਹੀ ਰੁਕ ਜਾ, ਕਿਹਨੇ ਨਹੀਂ ਰੋਕਣਾ ਤੈਨੂੰ, ਹਨਾ, ਆਪੇ ਹੀ ਰੁਕਣਾ ਆ, ਇਹ ਕੈਨੇਡਾ ਆ। ਜੀ ਜੀ ਜੀ, ਅੰਡਰਸਟੈਂਡ ਕਰੋ, ਅਸੀਂ ਕਾਗਜ਼ਾਂ ਦੇ ਵਿੱਚ ਕੈਨੇਡੀਅਨ ਨਹੀਂ ਬਣਨਾ, ਅਸੀਂ ਟਰੂ ਸਪਿਰਿਟ ਦੇ ਨਾਲ ਕੈਨੇਡੀਅਨ ਬਣਨਾ। ਰਾਈਟ। ਵੀ ਆਪੇ ਹੀ ਰੁਕਣਾ ਆ ਇਹੋ ਜਿਹੇ ਕਚੱਜਾਂ ਤੋਂ, 100% ਜੋ ਕਚੱਜਾਂ ਨਾਲ ਉਜੜ ਕੇ ਅਸੀਂ ਤੁਰੇ ਆ ਉੱਥੋਂ, ਹੁਣ ਵਸਣਾ ਆ ਤੇ ਕੁਛ ਅੱਜ ਛੱਡਣੇ ਪੈਣਗੇ। ਬਿਲਕੁਲ ਜੋ ਸਰ, ਸਿਟੀਜ਼ਨ ਹੋ ਕੇ ਨਹੀਂ, ਦਿਮਾਗ 'ਚ ਪਤਾ ਹੈ, ਕੋਈ ਰੋਕੇ ਨਾ ਰੋਕੇ ਆਪ ਜ਼ਰੂਰ ਰੁਕਣਾ ਤੁਸੀਂ। ਆਲ ਰਾਈਟ। 905-813-1300 ਵੀ ਕੁਇਕਲੀ ਆਪਾਂ ਇੱਕ ਹੋਰ ਗੱਲਬਾਤ ਕਰਾਂਗੇ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ ਇਸ ਗੱਲਬਾਤ ਨੂੰ। ਬੈੱਡ ਬਾਥ ਐਂਡ ਡੈਕੋਰ ਵੱਲੋਂ ਸਪੌਂਸਰ ਕੀਤਾ ਜਾ ਰਿਹਾ ਜੀ 2546 ਕ੍ਰੈਸਟ ਡਰਾਈਵ, ਤੁਰਕੀ ਬਾਣੀ ਰੇਡੀਓ, $500 ਦਾ ਤੁਸੀਂ ਲੈ ਸਕਦੇ ਹੋ। ਮਦਰ ਇੰਡੀਆ ਹਰਬਲ ਸ਼ੈਂਪੂ ਪ੍ਰੋਡਕਟ ਜੋ 7 ਮਿੰਟਾਂ ਦੇ ਵਿੱਚ ਵਾਲ ਤੁਹਾਡੇ ਰੰਗ ਦੇਵੇਗਾ, ਨਾ ਕੋਈ ਦਾਗ ਮੱਥੇ ਤੇ ਨਾ ਕੋਈ ਟੱਬ ਤੇ, ਲੁੱਕ ਯੰਗ ਵਿਦ ਮਦਰ ਇੰਡੀਆ ਹਰਬਲ ਸ਼ੈਂਪੂ ਪ੍ਰੋਡਕਟ, 2546 ਕ੍ਰੈਸਟ ਡਰਾਈਵ ਇਨ ਬ੍ਰੈਮਟਨ, 6472074644। ਤਾਜ਼ੀਆਂ ਸਬਜ਼ੀਆਂ ਤੇ ਫਲ ਫੂਡ ਵਾਸਤੇ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਨੌਰਥ ਆਫ ਮੇਫੀਲਡ, ਫੋਨ ਨੰਬਰ 9058432224। ਤੇ ਅਸ਼ੋਕ ਜੂਲਰਸ ਦੇ ਰਾਜੂ ਜੀ ਵੱਲੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਜੀ। ਜੋਲ ਸਾਹਿਬ, ਪਹਿਲਾਂ ਜਦੋਂ ਸਟੰਟ ਡਰਾਈਵਿੰਗ ਹੁੰਦੀ ਸੀ ਤਾਂ 1 ਵੀਕ ਦੀ ਸਸਪੈਂਸ਼ਨ ਜਾਂ ਲਾਇਸੈਂਸ ਸਸਪੈਂਡ ਹੋ ਜਾਂਦਾ ਸੀ, ਕਾਰ ਇੰਪਾਊਂਡ ਹੋ ਜਾਂਦੀ ਸੀ, ਹੁਣ ਕਾਫੀ ਸਖਤਾਈ ਹੋਣ ਵਾਲੀ ਹੈ ਜੀ ਇਹਨਾਂ ਡਰਾਈਵਰਾਂ ਲਈ। ਹਾਂ ਯਾਰ, ਦੇਖੋ ਜੀ ਇਹ ਕਿਉਂਕਿ ਹਰ ਵਾਰ ਜਦੋਂ ਐਕਸੀਡੈਂਟਸ ਵਾਪਰਦੇ ਨੇ, ਡੈਡਲੀ ਮਾਰੂ ਐਕਸੀਡੈਂਟ ਆਪਾਂ ਦੇਖ ਚੁੱਕੇ ਹਾਂ ਵੀ ਇਹ ਸਾਲ ਜੀ ਓਨਟੈਰੀਓ ਦੇ ਵਿੱਚ 180 ਜਿਹੜੇ ਆ ਜੀ ਵੀ ਜਾਨਾ ਉਹ ਰੋਡ ਐਕਸੀਡੈਂਟਸ ਦੇ ਵਿੱਚ ਜਾ ਚੁੱਕੀਆਂ, ਤੇ ਆਪਾਂ ਅੱਗੇ ਦੱਸਿਆ ਵੀ ਜਿਹੜੇ ਐਕਸੀਡੈਂਟ ਆਪਾਂ ਕਹਿੰਦੇ ਹਾਂ ਜੀ, ਪੁਲਿਸ ਵਾਲੇ ਇਹ ਕਹਿ ਰਹੇ ਵੀ 80% ਤੋਂ ਜ਼ਿਆਦਾ ਤੇ ਐਕਸੀਡੈਂਟ ਹੁੰਦੇ ਹੀ ਨਹੀਂ। ਅੱਛਾ, ਕਿਉਂ ਨਹੀਂ ਹੁੰਦੇ? ਕਿਉਂਕਿ ਜੇ ਡਰਾਈਵਰ ਦੀ ਅਕਲ ਕਾਇਮ ਹੁੰਦੀ ਤਾਂ ਉਹ ਐਕਸੀਡੈਂਟ ਵਾਪਰ ਨਹੀਂ ਸੀ ਸਕਦੇ ਜੀ।
ਕਿ ਜਾਣੀ ਕਿ ਗੱਡੀ ਦੀ ਸਪੀਡ ਉਹਨੇ ਮੇਨਟੇਨ ਰੱਖੀ ਹੁੰਦੀ, ਹਾਂਜੀ ਉਹ ਬੇਧਿਆਨਾ ਨਾ ਹੁੰਦਾ, ਉਹਨੇ ਸ਼ਰਾਬ ਪੀ ਕੇ ਨਸ਼ਈ ਹੋ ਕੇ ਗੱਡੀ ਨਾ ਚਲਾਈ ਹੁੰਦੀ, ਇਹ ਦੋ ਤਿੰਨ ਮੇਜਰ ਫੈਕਟਰਸ ਆ ਜੀ। ਅੱਛਾ ਹੁਣ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਓ ਐਕਸੀਡੈਂਟ ਤੇ ਕਰੋ ਜੀ, ਸੰਭਾਵਨਾ ਰਹਿੰਦੀ ਆ। ਇਨ ਅਟੈਂਟਿਵ ਹੋਊ, ਬੇਧਿਆਨਾ ਹੋਊ ਤੇ ਫਿਰ ਵੀ ਐਕਸੀਡੈਂਟ ਜਿਹੜਾ ਹੋਣਾ ਆ, ਹਨਾ। ਸਪੀਡਿੰਗ ਹੋਊ ਤੇ ਉਹਦੇ ਵਿੱਚ ਵੀ ਪੋਸੀਬਿਲਿਟੀ ਬਣੀ ਰਹਿਣੀ ਆ। ਸੋ ਇਸ ਕਰਕੇ ਇਹ ਤਿੰਨੇ ਹੀ ਫੈਕਟਰ ਦਾ ਡਰਾਈਵਰ ਦੇ ਕੰਟਰੋਲ ਵਿੱਚ ਆ ਜੀ। ਡਰਾਈਵਰ ਇਹਨਾਂ ਨੂੰ ਕੰਟਰੋਲ ਕਰ ਸਕਦਾ, ਉਹ ਬੇਧਿਆਨੀ ਰੋਕ ਸਕਦਾ, ਉਹ ਸਪੀਡਿੰਗ ਕੰਟਰੋਲ ਕਰ ਸਕਦਾ, ਉਹ ਸ਼ਰਾਬ ਨਸ਼ਈ ਹੋ ਕੇ ਗੱਡੀ ਨਾ ਚਲਾਵੇ ਇਹ ਤੇ ਵੀ ਕੰਟਰੋਲ ਕਰ ਸਕਦਾ। ਸੋ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਫੈਕਟਰ ਕਰਕੇ ਜਾਂ ਸਾਰਿਆਂ ਕਰਕੇ ਐਕਸੀਡੈਂਟ ਵਾਪਰੇ ਤੇ ਉਹ ਐਕਸੀਡੈਂਟ ਅਸਲ 'ਚ ਨਹੀਂ ਜੀ, ਖੂਫੀ ਆ ਡਰਾਈਵਰ ਦੀ। ਸੋ ਇਸ ਕਰਕੇ ਇਹ ਜਿਹੜੀ ਹੁਣ ਪਈ ਸਟੰਟ ਡਰਾਈਵਿੰਗ ਇਹਦੇ ਵਿੱਚ ਆ ਜਾਂਦੀ ਆ, ਤੇ ਪੋਸਟਡ ਸਪੀਡ ਤੋਂ 50 ਜਾਂ ਉਸ ਤੋਂ ਜ਼ਿਆਦਾ ਕਿਲੋਮੀਟਰ ਜੇ ਤੇਜ਼ ਗੱਡੀ ਚਲਾਈ ਜਾ ਰਹੀ ਆ ਤੇ ਫਿਰ ਉਹ ਸਟੰਟ ਡਰਾਈਵਿੰਗ ਹੈ। ਤੇ ਵੈਸੇ ਹੁਣ ਜਿਹੜਾ ਜੀ ਪੀ ਲਾਇਸੈਂਸ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਕ ਹਫ਼ਤੇ ਲਈ ਜਾਂਦਾ ਸੀ, ਅਸੀਂ 30 ਦਿਨਾਂ ਲਈ ਕੱਲ੍ਹ ਤੋਂ ਲਾਗੂ ਹੋ ਗਿਆ ਵੀ ਸਸਪੈਂਡ ਕਰਿਆ ਕਰਾਂਗੇ ਜੀ। ਤੇ ਗੱਡੀ ਵੀ ਜਿਹੜੀ 7 ਦਿਨਾਂ ਦੇ ਬਜਾਏ ਉਹ ਪਹਿਲਾਂ ਹੀ ਕਾਨੂੰਨ ਲਾਗੂ ਹੋ ਚੁੱਕਾ ਵੀ 14 ਦਿਨਾਂ ਲਈ ਇੰਪਾਊਂਡ ਹੋਇਆ ਕਰੂਗੀ, ਜ਼ਬਤ ਕੀਤੀ ਜਾਇਆ ਕਰੂਗੀ ਤੇ ਖਰਚੇ ਖੁਰਚੇ ਪਿਆ ਕਰਨਗੇ ਜੀ। ਸੋ ਇਸ ਕਰਕੇ ਵੀ ਇਹਨਾਂ ਚੱਕਰਾਂ 'ਚ ਪੈਣ ਨਾਲੋਂ ਪਹਿਲਾਂ ਹੀ ਕੋਸ਼ਿਸ਼ ਕੀਤੀ ਜਾਵੇ ਵੀ ਗੱਡੀ ਜਿਹੜੀ ਆ ਜਿੰਨੀ ਸਪੀਡ ਉੱਥੇ ਲਿਖਿਆ ਹੁੰਦਾ ਨਾ 40, 60, 80, 100 ਉਹਦੇ ਉੱਤੇ ਇੱਕ ਉਹਨਾਂ ਨੇ ਲਫ਼ਜ਼ ਲਿਖਿਆ ਹੁੰਦਾ ਮੈਕਸੀਮਮ। ਯੈਸ ਮੈਕਸੀਮਮ, ਵੀ ਜ਼ਰੂਰੀ ਨਹੀਂ ਵੀ 100 ਤੋਂ, ਕਈ ਹੁਣ ਡਰਾਈਵਰ ਉਹ ਪਖੰਡ ਹੁੰਦਾ ਵੀ ਮੈਂ 2-4 ਕਿਲੋਮੀਟਰ ਵੱਧ ਹੋ ਹੀ ਜਾਂਦੇ ਆ ਜੀ, ਉਹ ਨਹੀਂ ਹੋਣੇ ਚਾਹੀਦੇ। ਇਹੀ ਤੇ ਡਰਾਈਵਰ ਦਾ ਉੱਥੇ ਕੰਮ ਆ, ਉਹ ਸੀਟ ਤੇ ਬੈਠਾ ਜਾਂ ਬੈਠੀ ਕਾਹਦੇ ਵਾਸਤੇ ਆ, ਵੀ ਨਾ ਹੋਵੇ ਇਹ ਮੈਕਸੀਮਮ ਆ, 40 ਲਿਖਿਆ ਮੈਕਸੀਮਮ, 39 ਹੋ ਸਕਦੇ, 38 ਹੋ ਸਕਦੇ, ਜ਼ਰੂਰੀ ਤਾਂ ਨਹੀਂ ਤੁਸੀਂ 43 ਕਰਨੇ ਆ। ਸੋ ਇਹੀ ਤੇ ਡਰਾਈਵਰ ਦਾ ਕੰਮ ਆ ਸੀਟ ਤੇ ਬਹਿ ਕੇ ਵੀ ਮੈਕਸੀਮਮ ਤੋਂ ਉੱਪਰ ਨਹੀਂ ਜਾਣਾ, ਥੱਲੇ ਥੱਲੇ ਰਹਿਣਾ, 2-4 ਕਿਲੋਮੀਟਰ ਥੱਲੇ ਰਹਿ ਸਕਦੇ ਆ ਜੀ। ਇਹ ਥੋੜਾ ਵੀ 2-4 ਕਿਲੋਮੀਟਰ ਤੇ ਜ਼ਿਆਦਾ ਹੋ ਹੀ ਜਾਂਦੇ ਜੀ, ਨਹੀਂ ਹੋ ਜਾਂਦੇ ਡਰਾਈਵਰ ਨੂੰ, ਇਹੀ ਤੇ ਡਰਾਈਵਰ ਦਾ ਕੰਮ ਹੈ। ਸੋ ਇਸ ਕਰਕੇ ਜੀ ਇਹ ਸਟੰਟ ਡਰਾਈਵਿੰਗ ਜੇ ਕੀਤੀ ਜਾਊਗੀ ਤੇ ਪਰੇਸ਼ਾਨੀਆਂ ਵਧਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਕਾਨੂੰਨ ਕਹਿ ਰਿਹਾ ਜੀ। ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਅੰਤ ਦੇ ਵਿੱਚ ਤੁਸੀਂ ਜਿਹੜੇ ਇਲੈਕਸ਼ਨ ਐਡਵਾਂਸ ਪੋਲਿੰਗ ਅੱਜ ਲਾਸਟ ਦਿਨ ਹੈ, ਤੁਸੀਂ ਕੁਛ ਕਹਿਣਾ ਚਾਹੋਗੇ? ਆ ਬਸ ਨਹੀਂ ਜਿਸ ਤਰ੍ਹਾਂ ਦੇਖੋ ਜੀ ਵੀ ਹੁਣ ਸ਼ੁੱਕਰਵਾਰ ਨੂੰ ਸਿਲਸਿਲਾ ਆਰੰਭ ਹੋਇਆ ਸੀ, ਅੱਜ ਆਖਰੀ ਦਿਨ ਹੈ ਇਹ 44ਵੀਂ ਪਾਰਲੀਮੈਂਟ ਦੇ ਲਈ ਐਡਵਾਂਸ ਪੋਲਿੰਗ ਦਾ ਜੀ। ਉਸ ਤੋਂ ਬਾਅਦ ਫਿਰ ਇਹ ਆ ਜੀ ਕਿ ਜਿਹੜਾ ਇਲੈਕਸ਼ਨ ਡੇ 27 ਹੋਏਗਾ ਤੇ ਜਾਂ ਫਿਰ ਜਿਹਨਾਂ ਨੇ ਡਾਕ ਰਾਹੀਂ ਵੋਟ ਪਾਉਣੀ ਆ, ਤੇ ਬਾਕੀ ਹੈ ਜੀ ਵੀ ਜ਼ਰੂਰ ਜਿਹਨਾਂ ਨੇ ਵੀਕਐਂਡ ਦੇ ਦੌਰਾਨ, ਵੈਸੇ ਕਾਫੀ ਲੋਕਾਂ ਨੇ ਲਾਹਾ ਲਿਆ ਵੀ ਐਡਵਾਂਸ ਵੋਟਿੰਗ ਜਿਹੜੀ ਆ ਉਹ ਹੋ ਚੁੱਕੀ ਆ ਜੀ। ਤੇ ਦੂਸਰਾ ਇਹ ਹੈ ਜੀ ਵੀ ਅੱਜ ਜਿਹੜੇ ਲੋਕ ਸਮਾਂ ਕੱਢ ਸਕਣ, 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ ਪੋਲਿੰਗ ਸਟੇਸ਼ਨ ਜਿੱਥੇ ਜਿੱਥੇ ਵੀ ਰਾਈਡਿੰਗ ਦੇ ਵਿੱਚ ਬਣੇ ਆ, ਆਪੋ ਆਪਣੀ ਰਾਈਡਿੰਗ ਦੇ ਵਿੱਚ ਜਿਹੜਾ ਜੀ ਟੈਲੀਫੋਨ ਕਰਕੇ ਕੈਂਡੀਡੇਟਸ ਨੂੰ ਵੀ ਪੁੱਛਿਆ ਜਾ ਸਕਦਾ ਜੇ ਨਾ ਪਤਾ ਲੱਗੇ ਤਾਂ ਪੋਲਿੰਗ ਸਟੇਸ਼ਨ ਬਾਰੇ ਜੀ, ਜ਼ਰੂਰ ਜਿਹੜਾ ਵੋਟ ਆ ਜੀ ਵੀ ਉਹ ਪਾਇਆ ਜਾਵੇ ਤੇ ਪਾਇਆ ਜਾਵੇ ਆਪਣੇ ਦਿਮਾਗ ਤੋਂ ਕੰਮ ਲੈ ਕੇ, ਚੌਧਰੀਆਂ ਰਿਸ਼ਤੇਦਾਰਾਂ ਜਾਂ ਗਰੁੱਪਾਂ ਧੜਿਆਂ ਦੇ ਵਗੈਰਾ ਦੇ ਮਗਰ ਲੱਗ ਕੇ ਉਹਨਾਂ ਦੀ ਵੀ ਗੱਲ ਸੁਣੀ ਜਾਓ, ਬਟ ਲੇਕਿਨ ਆਪਣੀ ਸਿਆਣਪ ਜ਼ਰੂਰ ਵਰਤੋ। ਜੋਲ ਸਾਹਿਬ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਐਂਡ ਵਿਸ਼ਿੰਗ ਯੂ ਅ ਵੈਰੀ ਵੰਡਰਫੁਲ ਵੀਕ ਅਹੈਡ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।